या फिर विदेश में, ये चौकीदार एक को भी छोड़ने वाला नहीं। चौकीदार, चौकीदार, जैसे भी कहना है आप, चौकीदार बोलो, दूसरे साइड से पता लगेगा चोर है। पाकिस्तान का सपना था कि किसी भी तरह इस देश के टुकड़े करो। 70 साल में जो पाकिस्तान नहीं कर पाया, 5 साल के अंदर मोदी और अमित शाह ने करके दिखा दिया। जब इन्हों का DGP रिटायर होया, जांदा जांदा लिख के दे गया। 2 बजे सवेरे बादल ने मेरे नाल गल की थी, और 2 बजे और 4 बजे के दरमियान 22 बार गल्ला हुई। मुख्यमंत्री को पता ही नहीं कि उसे की गल हुई है। शराबी कुआबी राजा जिदे करैक्टर बारे पंजाब का सारा बच्चा जानता है, वो दूजे के चिक्कर सिटना फिरता है। ਜਿੰਨੇ ਸਾਲ ਸਤਾ ਪ੍ਰਕਾਸ਼ ਸਿੰਘ ਬਾਦਲ ਨੇ ਜੇਲ੍ਹ ਕੱਟੀ ਹੈ ਉਨੀ ਤੋਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਨਹੀਂ ਹੋਣੀ। ਆਪ ਜਾਣੇ ਵਾਲੇ ਹੈ, ਕਿਰਪਾ ਜਾਤੇ ਜਾਤੇ ਹੀ ਬਤਾ ਦੀਜੀਏ, ਅੱਛੇ ਦਿਨ ਕਬ ਆਨੇ ਵਾਲੇ ਹੈ। ਪ੍ਰਾਈਮ ਇਲੈਕਸ਼ਨ ਇੰਡੀਆ 2019 ਓਨਲੀ ਔਨ ਪ੍ਰਾਈਮ ਏਸ਼ੀਆ ਟੀਵੀ। ਪ੍ਰਾਈਮ ਏਸ਼ੀਆ ਟੀਵੀ ਦਾ ਪ੍ਰੋਗਰਾਮ ਪ੍ਰਾਈਮ ਇਲੈਕਸ਼ਨ, ਮੈਂ ਹਾਂ ਜਸਵਿੰਦਰ ਸਿੰਘ ਬਿੱਟਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਇਲੈਕਸ਼ਨ ਪ੍ਰੋਗਰਾਮ। ਅੱਜ ਅਸੀਂ ਗੱਲ ਕਰਾਂਗੇ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ। ਮੇਰੇ ਨਾਲ ਨੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ। ਮੈਂ ਇਹਨਾਂ ਨੂੰ ਦੱਸ ਦੇਵਾਂ ਕਿ ਇਹ 5 ਵਾਰ ਵਿਧਾਇਕ ਰਹੇ ਨੇ, 2 ਵਾਰ ਖਜ਼ਾਨਾ ਮੰਤਰੀ ਰਹੇ ਨੇ। ਜਿਮਣੀ ਚੋਣਾਂ ਦੇ ਵਿੱਚੋਂ ਇਹਨਾਂ ਨੇ ਸਿਆਸਤ ਦੇ ਵਿੱਚ ਪੈਰ ਰੱਖਿਆ ਸੀ। ਢੀਂਡਸਾ ਸਾਹਿਬ, ਸਭ ਤੋਂ ਪਹਿਲਾਂ ਧੰਨਵਾਦ ਸਮਾਂ ਦੇਣ ਲਈ। ਧੰਨਵਾਦ ਬੇਟਾ ਜੀ, ਮਿਹਰਬਾਨੀ। ਥੈਂਕ ਯੂ ਜੀ। ਢੀਂਡਸਾ ਸਾਹਿਬ, ਜਦੋਂ ਸਿਆਸਤ 'ਚ ਪੈਰ ਰੱਖਿਆ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਮੇਰੇ ਖਿਆਲ ਜਿੱਤ ਹੀ ਹਾਸਲ ਕੀਤੀ ਹੈ, ਕਦੇ ਹਾਰ ਹਾਸਲ ਨਹੀਂ ਕੀਤੀ। ਔਰ ਅੱਜ ਜਿਹੜੇ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਹੋ, 1 MP ਲੜ ਰਹੇ ਹੋ MLA ਤੋਂ ਬਾਅਦ, ਕਿਵੇਂ ਲੱਗ ਰਿਹਾ? ਦੇਖੋ, ਬੜਾ ਵੱਡਾ ਅੰਤਰ ਹੈ, ਕਿਉਂਕਿ MLA ਦੇ ਦਾਇਰਾ ਵੀ, MP ਦਾ ਦਾਇਰਾ ਵੀ ਵੱਡਾ ਹੈ, ਚੋਣ ਪ੍ਰਚਾਰ ਵੀ ਦਾ ਢੰਗ ਵੀ ਡਿਫਰੈਂਟ ਹੈ, ਕਿਉਂਕਿ ਇਹਦੇ ਵਿੱਚ ਡਾਇਰੈਕਟ ਜਿਹੜਾ ਹੈ ਕੰਟੈਕਟ ਉਹਨਾਂ ਕਰਨਾ ਔਖਾ ਹੁੰਦਾ ਹੈਗਾ ਥੋੜ੍ਹਾ ਜਿਹਾ। ਇਹ 'ਚ ਜ਼ਿਆਦਾ ਜਿਹੜਾ ਹੈ ਤੁਸੀਂ ਆਪਦਾ ਮੈਸੇਜ ਹੈ ਉਹ ਰੈਲੀਆਂ ਰਾਹੀਂ, ਸੋਸ਼ਲ ਮੀਡੀਆ ਰਾਹੀਂ ਹੀ ਜ਼ਿਆਦਾ ਕਰਦੇ ਹੋ, ਸੋ ਡਿਫਰੈਂਟ ਹੈ। ਪਰ ਮੈਂ ਪਹਿਲਾਂ ਢੀਂਡਸਾ ਸਾਹਿਬ ਦੀਆਂ ਜਿਹੜੀਆਂ 3 ਪਾਰਲੀਮੈਂਟ ਦੀਆਂ ਚੋਣਾਂ, ਉਹ ਮੈਂ ਮੂਹਰੇ ਹੋ ਕੇ ਲੜੀ ਸੀ, ਸੋ ਇਸ ਕਰਕੇ ਮੈਨੂੰ ਇਹਦੇ ਬਾਰੇ ਕੁਛ ਨਾ ਕੁਛ ਐਕਸਪੀਰੀਅੰਸ ਹੈਗਾ। ਸੋ ਬਿਲਕੁਲ ਨਵਾਂ ਨਹੀਂ ਹੈ, ਪਰ ਜਿੱਥੋਂ ਤੱਕ ਆਪਦੀ ਗੱਲ ਹੈ, ਮੇਰੇ ਲਈ ਖੁਦ ਲੜਨ ਅਤੇ ਦੂਜਿਆਂ ਲੜਾਉਣ ਦਾ ਫਰਕ ਜ਼ਰੂਰ ਹੁੰਦਾ ਹੈਗਾ। ਸੋ ਹੁਣ ਜਿਹੜਾ ਹੈ ਮੈਂ, ਅਸੀਂ ਲੱਗੇ ਹੋਏ ਹਾਂ ਅਤੇ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨਾ ਵੱਧ ਤੋਂ ਵੱਧ ਏਰੀਆ ਕਵਰ ਕਰ ਸਕੀਏ। ਮੈਂ ਬਾਅਦ 'ਚ ਆਉਣਾ ਸੀ ਇਸ ਪ੍ਰੈਸ਼ਨ 'ਤੇ, ਲੇਕਿਨ ਤੁਸੀਂ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੁਆਰਾ, ਜਿਹੜੇ ਰਾਜ ਸਭਾ ਮੈਂਬਰ ਪਾਰਲੀਮੈਂਟ ਨੇ ਔਰ ਕਾਗਜ਼ ਸਿਆਸਤਦਾਨ ਨੇ। ਬਾਦਲ ਸਾਹਿਬ ਤੋਂ ਬਾਅਦ ਜਦੋਂ ਕੋਈ ਨਾਂ ਲੈਂਦਾ ਅਕਾਲੀ ਦਲ ਦਾ, ਕਿਤੇ ਵੀ ਬੈਠਾ ਪੰਜਾਬੀ, ਤਾਂ ਉਹ ਢੀਂਡਸਾ ਸਾਹਿਬ ਦਾ ਨਾਂ ਲੈਂਦਾ। ਲੇਕਿਨ ਇਸ ਵਾਰ ਜਿਵੇਂ ਕਿ ਕਾਫੀ ਚਰਚਾ ਹੋਈ, ਢੀਂਡਸਾ ਸਾਹਿਬ ਨੇ ਮਨਾ ਕਰ ਦਿੱਤਾ, ਤੁਹਾਨੂੰ ਵੀ ਮਨਾ ਕੀਤਾ ਸੀਗਾ, ਕਿਵੇਂ ਉਹਨਾਂ ਦੀ ਜਿਹੜੀ ਮੌਜੂਦਗੀ ਨਹੀਂ ਹੈ, ਕਿਵੇਂ ਘਾਟ ਕੋਈ ਰੜਕ ਰਹੀ ਹੈ? ਨਹੀਂ, ਦੇਖੋ, ਉਹਨਾਂ ਨੇ ਆਪਦੀ ਗੱਲ ਜ਼ਰੂਰ ਕਹੀ ਸੀ, ਮੈਨੂੰ ਵੀ ਬੁਲਾ ਕੇ ਉਹਨਾਂ ਨੇ ਪਹਿਲੀ ਵਾਰ ਇਹੀ ਕਿਹਾ ਸੀ, 1-2 ਵਾਰੀ ਵੀ ਚੁਣਾਵ ਜੇ ਨਾ ਲੜੋ ਤਾਂ ਚੰਗਾ। ਪਰ ਫਿਰ ਅਸੀਂ ਸਾਰੇ ਵਰਕਰਾਂ ਨਾਲ ਰਾਏ ਕੀਤੀ, ਪਾਰਟੀ ਨੇ ਮੈਨੂੰ ਕਿਹਾ, ਉਸ ਤੋਂ ਬਾਅਦ ਮੈਂ ਵਰਕਰਾਂ ਨਾਲ ਰਾਏ ਕੀਤੀ, ਅਤੇ ਫਿਰ ਸਭ ਦੀ ਰਾਏ ਹੀ ਸੀਗੀ ਵੀ, ਕਿਉਂਕਿ ਅੱਜ ਪਾਰਟੀ ਨੂੰ ਲੋੜ ਹੈ, ਇੱਥੇ ਕਿਸੇ ਮੈਂ ਸਮਝਦਾ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਹੈ, ਹੁਣ ਪਾਰਟੀ ਦੀ ਗੱਲ ਹੈ ਵੀ ਆਪਾਂ ਨੂੰ ਪਾਰਟੀ ਨੇ ਬਹੁਤ ਮਾਣ ਦਿੱਤਾ, ਸੋ ਹੁਣ ਚੋਣ ਲੜਨੀ ਚਾਹੀਦੀ। ਫਿਰ ਮੈਂ ਢੀਂਡਸਾ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੂੰ ਹੌਲੀ ਹੌਲੀ ਕਰਕੇ ਸਾਰੇ ਪਰਿਵਾਰ ਦੇ ਵਿੱਚ ਵੀ ਮੈਂ ਰਾਏ ਕੀਤੀ, ਤਕਰੀਬਨ ਸਾਰਿਆਂ ਦੀ ਇਹੀ ਰਾਏ ਸੀ। ਸੋ ਮੈਂ ਢੀਂਡਸਾ ਸਾਹਿਬ ਨੂੰ ਬੇਨਤੀ ਕੀਤੀ ਕਿ 2 ਰਸਤੇ ਨੇ, ਜਾਂ ਤਾਂ ਤੁਸੀਂ ਕਹਿੰਦੇ ਹੋ ਮੈਂ ਸਿਆਸਤ ਛੱਡ ਕੇ ਪਾਸੇ ਹੋ ਜਾਂਦਾ, ਦੂਸਰਾ ਇਹ ਵੀ ਜੇ ਪਾਰਟੀ ਹੁਕਮ ਕਰਦੀ ਹੈ ਮੈਂ ਪਾਰਟੀ ਦੀ ਇਲੈਕਸ਼ਨ ਲੜਾਂ। ਅਤੇ ਉਹਨਾਂ ਨੇ ਫਿਰ ਆਖਿਰ ਇਹ ਕਿਹਾ ਵੀ ਤੁਹਾਡੀ ਮਰਜ਼ੀ ਹੈ, ਤੁਸੀਂ 5 ਵਾਰ MLA ਬਣ ਕੇ ਮੰਤਰੀ ਰਹੋ, ਜੋ ਤੁਹਾਨੂੰ ਠੀਕ ਲੱਗਦਾ ਉਹ ਕਰੋ। ਅਤੇ ਫਿਰ ਸਾਰੇ ਪਰਿਵਾਰ ਦੇ ਵਿਚਾਰ ਕਰਕੇ ਮੈਂ ਇਹ ਚੋਣ ਲੜ ਰਿਹਾ। ਉਹਨਾਂ ਨੇ ਮੈਨੂੰ ਟਿਕਟ ਐਲਾਨ ਹੋਣ ਤੋਂ ਬਾਅਦ ਆਸ਼ੀਰਵਾਦ ਵੀ ਦਿੱਤਾ ਅਤੇ ਸ਼ੁਭਕਾਮਨਾ ਵੀ ਦਿੱਤੀਆਂ ਨੇ। ਬਿਲਕੁਲ, ਇੱਕ ਪਿਤਾ ਜ਼ਰੂਰ ਆਪਣੇ ਪੁੱਤ ਦੀ ਜਿੱਤ ਦੇ ਲਈ ਅਰਦਾਸ ਵੀ ਕਰਨਗੇ ਔਰ ਪਰਿਵਾਰ ਦਾ ਸਾਥ ਵੀ, ਜਿਵੇਂ ਤੁਸੀਂ ਆਖਿਆ, ਨਾਲ ਹੀ ਤੁਸੀਂ ਪਾਰਟੀ ਨਾਲ ਵੀ ਉਹ ਫਰਜ਼ ਨਿਭਾਇਆ ਕਿ ਮੇਰਾ ਫਰਜ਼ ਬਣਦਾ ਕਿ ਜੇ ਮੈਨੂੰ 5 ਵਾਰ ਵਿਧਾਇਕ ਬਣਾਇਆ, 2 ਵਾਰ ਮੈਨੂੰ ਮੰਤਰੀ ਬਣਾਇਆ, ਤਾਂ ਮੈਨੂੰ ਅੱਜ ਨਹੀਂ ਭੱਜਣਾ ਚਾਹੀਦਾ। ਇਹ ਚਰਚਾ ਪਹਿਲਾਂ ਚੱਲ ਰਹੀ ਸੀ ਕਿ ਇੱਥੋਂ ਹੋਰ ਕੋਈ ਉਮੀਦਵਾਰ ਜਾਂ ਡਿਜ਼ਰਵਿੰਗ ਕੈਂਡੀਡੇਟ ਤੁਹਾਡੇ 'ਤੇ ਗੁਣਾ ਪਿਆ? ਨਹੀਂ, ਚਰਚਾ ਤਾਂ ਚੱਲਦੀਆਂ ਰਹਿੰਦੀਆਂ ਨੇ ਸਿਆਸਤ ਵਿੱਚ, ਪਰ
ਮੈਨੂੰ ਲੱਗਦਾ ਪਾਰਟੀ ਨੇ ਕਿਸੇ ਹੋਰ ਉਮੀਦਵਾਰ ਨੂੰ ਨਹੀਂ ਕਿਹਾ ਚੋਣ ਲੜਨ ਵਾਸਤੇ। ਪ੍ਰਧਾਨ ਜੀ ਨੇ ਮੈਨੂੰ ਹੀ ਬੁਲਾ ਕੇ ਕਿਹਾ ਸੀ ਵੀ ਮੈਂ ਸਾਰੀ ਫੀਡਬੈਕ ਲਈ ਹੈ ਵੀ ਤੁਸੀਂ ਹੀ ਚੋਣ ਜਿਹੜਾ ਹੈ ਵਧੀਆ ਫਾਈਟ ਦੇ ਸਕਦੇ ਹੋ। ਸੋ ਤੁਹਾਨੂੰ ਚੋਣ ਲੜਨੀ ਚਾਹੀਦੀ ਹੈ ਪਾਰਟੀ ਦੀ ਮਜ਼ਬੂਤੀ ਵਾਸਤੇ ਅਤੇ ਜਿਹੜਾ ਵਰਕਰਾਂ ਦੀ ਹੌਸਲਾ ਅਫਜ਼ਾਈ ਵਾਸਤੇ। ਢੀਂਡਸਰ ਸਾਹਿਬ, ਇਹਦੇ 'ਚ ਇੱਕ ਗੱਲ ਨਿਕਲਦੀ ਹੈ, ਤੁਹਾਨੂੰ ਬੁਲਾ ਕੇ ਕਹਿ ਦਿੱਤਾ, ਤੁਸੀਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ, ਲੇਕਿਨ ਮੀਡੀਆ ਦੇ ਇੱਕ ਹਿੱਸੇ ਵਿੱਚ ਇਸ ਤਰ੍ਹਾਂ ਦਾ ਵੀ ਪ੍ਰਚਾਰ ਕੀਤੀ ਜਾ ਰਹੀ ਗੱਲ, ਕਿੰਨੀ ਸਹੀ ਹੈ ਕਿੰਨੀ ਗਲਤ ਹੈ ਤੁਸੀਂ ਦੱਸੋਗੇ, ਕਿ ਕੁਛ ਪਾਰਟੀ ਦੇ ਵਿੱਚ ਸੰਗਰੂਰ ਦੇ ਵਿੱਚ ਧੜੇਬੰਦੀ ਹੈ ਜਿਹਦਾ ਤੁਹਾਨੂੰ ਕੋਈ ਨੁਕਸਾਨ ਹੋ ਸਕਦਾ? ਨਹੀਂ, ਦੇਖੋ ਸਾਰੀਆਂ ਜੋ ਪ੍ਰਮੁੱਖ ਪਾਰਟੀਆਂ ਨੇ, ਮੈਂ ਦਾਅਵੇ ਨਾਲ ਕਹਿ ਸਕਦਾ ਉਹਨਾਂ 'ਚ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਟੋਟਲੀ ਇਕਜੁੱਟ ਹੈ। ਧੜੇਬਾਜ਼ੀਆਂ ਪਿਛਲੇ ਸਮੇਂ 'ਚ ਰਹੀਆਂ, ਇਸ 'ਚ ਕੋਈ ਦੋਰਾਏ ਨਹੀਂ, ਪਰ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਅੱਜ ਸਾਰੇ ਹੀ ਆਗੂ ਆਪਦੀ ਪ੍ਰਸਟੀਜ ਦਾ ਸਵਾਲ ਬਣਾ ਕੇ ਇਹ ਚੋਣ ਲੜ ਰਹੇ ਨੇ, ਅਤੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ। ਅਤੇ ਮੈਂ ਸਮਝਦਾ ਵੀ ਅਕਾਲੀ ਦਲ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਸਾਡੀ ਸਾਰੀ ਲੀਡਰਸ਼ਿਪ, ਸਾਰੇ ਵਰਕਰ ਇਕਜੁੱਟ ਨੇ। ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਸੂਬੇ ਦੇ ਪ੍ਰਧਾਨ ਭਗਵੰਤ ਮਾਨ ਅਕਸਰ ਇਹ ਪ੍ਰਚਾਰ ਕਰਦੇ ਹੈ ਕਿ ਟਿਕਟਾਂ ਲਈ ਉਮੀਦਵਾਰ ਲੱਭ ਨਹੀਂ ਰਹੇ ਸਨ ਔਰ ਘਰ ਬੈਠਿਆਂ ਨੂੰ ਟਿਕਟਾਂ ਦੇ ਕੇ ਗਏ ਸੁਖਬੀਰ ਸਿੰਘ ਬਾਦਲ। ਇਸ ਦੋਸ਼ਾਂ ਦੇ ਵਿੱਚ, ਉਹਨਾਂ ਦੋਸ਼ਾਂ ਦੇ ਵਿੱਚ ਕਿੰਨੀ ਸੱਚਾਈ ਹੈਗੀ ਹੈ? ਨਹੀਂ, ਇਸ 'ਚ ਕੋਈ ਸੱਚਾਈ ਨਹੀਂ। ਉਮੀਦਵਾਰ ਸਾਡੇ ਕੋਲ ਹੋਰ ਵੀ ਸਾਡੇ ਜ਼ਿਲ੍ਹੇ 'ਚ ਬਹੁਤ ਨੇ ਅਤੇ ਸਾਰੇ ਤਿਆਰ ਵੀ ਸੀ ਲੜਨ ਨੂੰ। ਪਾਰਟੀ ਜੀ ਨੂੰ ਵੀ ਕਹਿੰਦੀ ਉਹਨੇ ਚੋਣ ਲੜਨੀ ਸੀ, ਕਿਉਂ ਅਸੀਂ ਤਾਂ ਸਾਰੇ ਚਰਚਾ ਕਰਦੇ ਰਹਿੰਦੇ ਹਾਂ, ਪਰ ਪਾਰਟੀ ਨੇ ਜਿਹਨੂੰ ਕਿਹਾ ਉਹਨੇ ਉਹਨੂੰ ਚੋਣ ਲੜੀ ਹੈ। ਸੋ ਪਾਰਟੀ ਨੇ ਮੈਨੂੰ ਹੁਕਮ ਕੀਤਾ ਸੀ, ਮੈਂ ਚੋਣ ਲੜੀ, ਅਤੇ ਐਸੀ ਕੋਈ ਗੱਲ ਨਹੀਂ ਵੀ ਉਮੀਦਵਾਰ 'ਚ ਉਮੀਦ। ਪਾਰਟੀ ਤਾਂ ਸ਼੍ਰੋਮਣੀ ਅਕਾਲੀ ਦਲ ਐਡੀ ਵੱਡੀ ਪਾਰਟੀ ਹੈ ਕਿ ਸਾਡੇ ਕੋਲ ਉਮੀਦਵਾਰਾਂ ਦੀ ਕੋਈ ਕਮੀ ਨਹੀਂ। ਸਾਡੇ ਜ਼ਿਲ੍ਹੇ ਦੇ ਵਿੱਚ ਹੀ ਪੰਜ ਛੇ ਐਸੇ ਉਮੀਦਵਾਰ ਨੇ ਜਿਹੜੇ ਯੋਗ ਨੇ ਅਤੇ ਜਿਹੜੇ ਚੋਣ 'ਚ ਵਧੀਆ ਜਿੱਤ ਪ੍ਰਾਪਤ ਕਰ ਸਕਦੇ ਸੀ। ਸਰਦਾਰ ਪਰਮਿੰਦਰ ਸਿੰਘ ਢੀਂਡਸਾ ਹੁਣ MP ਦੀ ਚੋਣ ਲੜ ਰਹੇ ਨੇ, ਜਦੋਂ ਖਜ਼ਾਨਾ ਮੰਤਰੀ ਸਨ ਤਾਂ ਉਸ ਤੋਂ ਬਾਅਦ ਸਰਕਾਰ ਆਉਂਦੀ ਹੈ, ਕਾਂਗਰਸ ਸਰਕਾਰ ਦੋਸ਼ ਲਾਉਂਦੀ ਹੈ ਕਿ ਤੁਸੀਂ ਖਜ਼ਾਨਾ ਖਾਲੀ ਕਰਕੇ ਤੁਰ ਗਏ, ਇਹਨਾਂ ਦੋਸ਼ਾਂ 'ਚ ਕਿੰਨੀ ਸੱਚਾਈ ਹੈ? ਦੇਖੋ, ਬੜੀ ਹਾਸੋਹੀਣੀ ਗੱਲ ਹੈ, ਜਿਹੜਾ ਖਜ਼ਾਨੇ ਖਾਲੀ ਦਾ ਕੋਈ ਕੰਸੈਪਟ ਅੱਜ ਦੇ ਜੋ ਪਬਲਿਕ ਫਾਈਨੈਂਸ ਦੇ ਵਿੱਚ ਹੈ ਹੀ ਨਹੀਂ। ਇਹਦਾ ਰਾਜੇ ਮਹਾਰਾਜੇ ਵੇਲੇ ਖਜ਼ਾਨੇ ਹੁੰਦੇ ਸੀ ਜਿਹੜੇ ਭਰ ਜਾਂਦੇ ਸੀ ਜਾਂ ਖਾਲੀ ਹੋ ਜਾਂਦੇ ਸੀ। ਹੁਣ ਤਾਂ ਗਵਰਨਮੈਂਟ ਦਾ ਜਿਹੜਾ ਹੈ ਟੈਕਸ ਆਉਂਦੇ ਨੇ, ਰੋਜ਼ ਇਕੱਠੇ ਹੁੰਦੇ ਨੇ ਅਤੇ ਰੋਜ਼ ਹੀ ਖਰਚ ਹੁੰਦੇ ਨੇ ਸਾਡੇ। ਅਸੀਂ ਜਿਹੜਾ ਇੱਕ ਬੈਲੈਂਸ ਬਜਟ ਤਿਆਰ ਕਰਦੇ ਹਾਂ, ਸਾਡੀਆਂ ਸਾਰੀਆਂ ਜਿਹੜੇ ਨੇ ਗਵਰਨਮੈਂਟ ਵੱਲੋਂ ਟਾਰਗੇਟਸ ਫਿਕਸ ਨੇ। ਅਸੀਂ ਇੱਕ ਲਿਮਿਟ ਤੋਂ ਵੱਧ ਬੋਰੋ ਨਹੀਂ ਕਰ ਸਕਦੇ, ਅਸੀਂ ਜਿਹੜਾ ਹੈ ਇੱਕ ਲਿਮਿਟ ਤੋਂ ਵੱਧ ਟੈਕਸ ਰੇਟ ਨਹੀਂ ਫਿਕਸ ਕਰ ਸਕਦੇ। ਸੋ ਸਾਰਾ ਉਸ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਕੰਮ ਕਰ ਸਕਦੇ ਹਾਂ। ਸੋ ਜਦ ਅਸੀਂ ਕਿਸੇ ਲਿਮਿਟ ਤੋਂ ਵੱਧ ਕਰਜ਼ਾ ਹੀ ਨਹੀਂ ਲੈ ਸਕਦੇ ਤਾਂ ਫਿਰ ਖਜ਼ਾਨਾ ਖਾਲੀ ਹੋਣ ਦਾ ਕੀ ਮਕਸਦ ਹੈ? ਜਾਏ ਕਹਿ ਦੇਣ ਵੀ ਹੁਣ ਇਹਨਾਂ ਨੇ ਖਜ਼ਾਨਾ ਭਰਤਾ। ਸੋ ਕੋਈ ਗੱਲ ਨਹੀਂ, ਇਹਨਾਂ ਕਿਉਂਕਿ ਇਹਨਾਂ ਨੇ ਵਾਅਦੇ ਲੋਕਾਂ ਨੇ ਐਡੇ ਵੱਡੇ ਵੱਡੇ ਕਰ ਲਏ, ਉਹਨਾਂ ਤੋਂ ਭੱਜਣ ਲਈ ਕੋਈ ਇਹਨਾਂ ਨੂੰ ਰਸਤਾ ਨਹੀਂ ਸੀ ਦਿਖ ਰਿਹਾ। ਸੋ ਉਹਨਾਂ ਨੇ ਇੱਕ ਬਹਾਨਾ ਬਣਾਤਾ ਵੀ ਜੀ ਖਜ਼ਾਨਾ ਖਾਲੀ ਹੈ, ਸਧਾਰਨ ਬੰਦਿਆਂ ਨੂੰ ਜਿਹੜਾ ਹੈ ਗੁੰਮਰਾਹ ਕਰਨ ਵਾਸਤੇ, ਹੋਰ ਗੱਲ ਕੋਈ ਨਹੀਂ ਹੈ। ਤੁਸੀਂ ਖਜ਼ਾਨਾ ਮੰਤਰੀ ਸੀ ਅਤੇ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਬਣਦੇ ਨੇ, ਪਹਿਲੀ ਮੀਟਿੰਗ 'ਚੋਂ ਕਹਿੰਦੇ ਨੇ ਕਿ 31,000 ਕਰੋੜ ਦਾ ਕਰਜ਼ਾ ਪਿਛਲੀ ਸਰਕਾਰ ਲੈ ਗਈ ਜਿਸ ਦਿਨ ਪੋਲਿੰਗ ਹੋ ਰਹੀ ਸੀ ਜਾਂ ਵੋਟਾਂ ਵਾਲੇ ਦਿਨਾਂ ਦੇ ਵਿੱਚ। ਇਹ ਬਾਅਦ ਦੇ ਵਿੱਚ ਕਮੇਟੀ ਬਣੀ, ਕਮੇਟੀ ਦਾ ਰਿਜ਼ਲਟ ਨਿਕਲਿਆ, ਉਹ ਲੋਕਾਂ ਕੋਲ ਉਹ ਮੈਸੇਜ ਨਹੀਂ ਜਾ ਸਕਿਆ ਜੋ ਤੁਸੀਂ ਕਹਿਣਾ ਚਾਹੁੰਦੇ ਸੀ, ਕਿੰਨੀ ਸੱਚਾਈ ਹੈ ਇਹਦੇ 'ਚ? ਦੇਖੋ, ਇਹਨਾਂ ਨੇ ਆਪ ਕਮੇਟੀ ਬਣਾਈ ਸੀ, ਫਾਰਮਰ ਚੀਫ ਸੈਕਟਰੀ ਦੀ ਪ੍ਰਧਾਨਗੀ ਥੱਲੇ ਕਮੇਟੀ ਬਣਾਈ, ਉਹਦੀ ਰਿਪੋਰਟ ਕਿਉਂ ਨਹੀਂ ਹੈ ਜ਼ਾਹਰ ਕਰਦੇ ਜੇ ਐਡੇ ਐਡੇ ਦੋਸ਼ ਲਾਉਂਦੇ ਆ? ਕਿਉਂਕਿ ਗੱਲ ਇਹ ਹੈ, ਜਿਹੜਾ ਸਾਰਾ ਕਰਜ਼ਾ ਸੀ 31,000 ਕਰੋੜ ਦਾ, ਉਹ ਇੱਕ ਦਿਨ ਦੇ ਵਿੱਚ ਨਹੀਂ ਹੋਇਆ, ਉਹ ਓਵਰ ਪੀਰੀਅਡ ਆਫ 20-25 ਈਅਰਸ 20-25 ਸਾਲਾਂ ਦੇ ਵਿੱਚ ਸਰਕਾਰ ਨੇ ਖਰੀਦ ਕਰਨ ਵਾਸਤੇ CCL ਲਿਮਿਟ ਲੈਂਦੀ ਰਹੀ ਅਤੇ ਵਧਾਉਂਦੀ ਰਹੀ, ਉਹਦੇ ਵਿੱਚ ਗੈਪ ਪੈਂਦਾ ਰਿਹਾ। ਉਹ ਗੈਪ ਅਲਟੀਮੇਟਲੀ ਜਾ ਕੇ 25,000 ਕਰੋੜ ਰੁਪਏ ਤੱਕ ਪਹੁੰਚ ਗਿਆ ਅਤੇ ਗਵਰਨਮੈਂਟ ਨੇ ਕਿਹਾ ਵੀ ਤੁਸੀਂ ਗੈਪ ਨੂੰ ਕਲੋਜ਼ ਕਰੋ, ਜਾਂ ਗਵਰਨਮੈਂਟ ਸਟੇਟ ਗਵਰਨਮੈਂਟ ਆਫ ਫੰਡ ਕਰੇ, ਜਾਂ ਜਿਹੜਾ ਹੈ ਤੁਸੀਂ ਲੋਨ ਲੈ ਕੇ ਇਹਨੂੰ ਕਰੋ। ਬੈਂਕਸ ਹੋਰ ਸਾਨੂੰ ਕਰਜ਼ਾ ਦੇਣ ਨੂੰ ਤਿਆਰ ਨਹੀਂ ਸੀ ਜਦ ਤੱਕ ਇਹ ਗੈਪ ਨਹੀਂ ਸੀ ਫੰਡ ਹੁੰਦਾ। ਇਹ ਗੈਪ ਪੰਜਾਬ ਸਰਕਾਰ ਦਾ ਨਹੀਂ ਸੀ, ਸਾਡੀਆਂ ਖਰੀਦ ਏਜੰਸੀਆਂ ਦਾ ਸੀ, ਸਾਰੀਆਂ ਖਰੀਦ ਏਜੰਸੀਆਂ ਦਾ ਟੋਟਲ ਮਿਲਾ ਕੇ ਗੈਪ ਸੀ। ਸੋ ਅਸੀਂ ਕੀ ਕੀਤਾ, ਉਹ ਜਿਹੜਾ ਕਰਜ਼ਾ ਖਰੀਦ ਏਜੰਸੀਆਂ ਦੇ ਸਿਰ 'ਤੇ ਜਿਹੜਾ ਕਰਜ਼ਾ ਸੀ, ਉਹ ਸਟੇਟ ਗਵਰਨਮੈਂਟ ਨੇ ਆਪਣੇ ਸਿਰ ਲੈ ਲਿਆ ਜੀ। ਕੋਈ ਨਵਾਂ ਕਰਜ਼ਾ ਨਹੀਂ ਲਿਆ, ਸਟੇਟ ਏਜੰਸੀ ਦਾ ਕਰਜ਼ਾ ਆਪਦੇ ਸਿਰ ਲੈ ਲਿਆ, ਜਿਹੜਾ ਸਟੇਟ ਏਜੰਸੀ 12% ਵਿਆਜ ਦਿੰਦੀਆਂ ਸੀ, 12 ਤੋਂ ਵੀ ਉੱਤੇ। ਅਸੀਂ 8% ਵਿਆਜ 'ਤੇ ਲਿਆ ਕੇ ਸਟੇਟ ਨੇ ਉਹ ਕਰਜ਼ਾ ਲੈ ਲਿਆ। 4% ਵਿਆਜ ਦਾ ਸਾਡਾ ਸਾਲ ਦਾ ਬੱਚਤ ਵੀ ਹੋਈ ਹੈ,
ते कोई नवा करजा स्टेट दे सिर नहीं होया, वो सिर्फ एक बुक एंट्री दे तौर ते वो हुई है। जिहड़ी एजेंसियां हुण फारग हो गईयां उन्हां सिर कोई करजा नहीं, अज सारियां एजेंसियां प्रॉफिट च ने, पहला घाटे सीगियां ते हुण गवर्नमेंट जिहड़ी है पंजाब गवर्नमेंट सिर 31,000 करोड़ दा करजा वध गया। सो आही डिफरेंस है, होर कोई डिफरेंस नहीं। सरदार परमिंदर सिंह ढींडसा साहब का गला भी खराब है क्योंकि काफ़ी लंबे समय तो चोन प्रचार के रुझे ने, पार्टी का जोड़ा हुक्म होया चोन लड़न के लिए और विधानसभा 9 विधानसभा हल्कों के चोन प्रचार जोड़े कर रहे हैं। ढींडसा साहब एक गल 31,000 करोड़ रुपए की चर्चा बड़ी हुई पंजाब के, भी दो साल लोगों ये गल कहते रहे कैप्टन सरकार कि खजाना खाली है, लेकिन अकाली दल की कितने कमी नहीं रही लोगों जी गल अज दस रहे हो ये प्रचारण की, भी असी तो ये जोड़ा तत्थ है तत्था शायद जिदा गल की है इदा दे आम लोगों तक ये गल नहीं है। नहीं नहीं, सारी गल असी मैं दो बार प्रेस कॉन्फ्रेंस भी करके भी दसिया, आदेश प्रताप कैरों जी ने भी प्रेस कॉन्फ्रेंस करके दसिया, विधानसभा के मैं सारी गल रखी है। कितना कितने जब तक प्रेस ने उन्होंने प्रॉपरली हाईलाइट नहीं किया, या जिहड़ा है वो कांग्रेस द्वारे द्वारे असी एक बार कहने उन्होंने 10 बार खजाना खाली कह के वो गलू तोड़ की कोशिश करते हैं। पहली प्रूफ तो एक ही है भी इन्हों की आपदी सरकार की बनाई हुई कमेटी, जब उन्हें क्लीन चिट देती भी ये कोई गलत नहीं होया, कोई फ्रॉड नहीं होया, कोई गलत नहीं है, तो फिर द्वारे द्वारे इन्हों का कहना वो ही बिल्कुल गलत है। तो इन्हों मैं तो यह कह सकता जो कांग्रेस की मौजूदा सरकार है वो आपदियाँ फेलियर्स लुकाउण लई ऐसे बहाने लब रही है, वो हुण तक दियाँ सब तो माड़ी तो जिहड़ी है निकम्मी सरकार साबित हुई है, जिन्हें लोगों नूं बहुत वड्डे वड्डे वादे किए पर अज एक भी वादा पूरा नहीं किया। लोग दुखी ने, लोग सरकार की कारगुजारी तो निराश ने, तो इसलिए ये इधर उधर दी गल्लां कदे कोई मुद्दा उठाउंदे, कदे कोई जिहड़े लोगों के मुद्दे उन्हां तों भजदे है। ढींडसा साहब खजाना मंत्री तुसी रहे, हुण सरकार आई चोण वादे किए नशे खत्म कर देंगे, नौकरियां दे देंगे, करजे माफ़ कर देंगे, तुसी लोकां च जांदे हो क्योंकि पहला तो तुसी एक हल्के च सी, हुण तुसी 9 विधानसभा हल्कियां जांदे हो, तुहानूं लगदा है कि ये वादियां दा जिहड़ा असर हैगा जां जिहड़ी सरकार मौजूदा हैगी है वह अपने इस दम दे उत्ते जित हासिल कर लवेगी, जां ये वादे किन्ने कु पूरे होए ने? देखो लोग बिल्कुल बहुत दुखी ने कांग्रेस तो, तुसी देखियो जब नतीजे आउणगे कांग्रेस जिहड़ी है उहदा अपने आप सारी सच्चाई सामने आ जाएगी। लोकां जिहड़ा है वह बोलदे नहीं पर लोकां दा गुस्सा जिहड़ा वोटां विच निकलेगा, तुसी देखोगे कांग्रेस दा वह बुरा हाल होएगा पंजाब दे विच जिहड़ा उन्होंने कदे सोचा नहीं सी। ढींडसा साहब बेअदबी दी गल चलदी है, मुद्दा बड़ा गंभीर सी, अकाली दल दे उत्ते बड़ी हावी रहा लेकिन हुण इलैक्शन आ गए, SIT ने अपनी रिपोर्ट देनी सी वो पेंडिंग हाले, कुछ भंबल भूसे पैदा किए गए कि क्लीन चिट मिल गई नहीं मिली वो एक वक्रा इशू है, लेकिन बेअदबी का जो मुद्दा हैगा तुसी किवें देखदे हो? देखो बड़ी दुखदाई घटनावां सी, मैं समझदा कोई भी मनुख है सिर्फ सिख नहीं, कोई भी जिहड़ा मनुख है मनुखता च विश्वास रखने वाला बंदा उहने इस गल का दुख मनाया। तो सरकार श्रोमणी अकाली दल दी सी, तो मैं ये कह सकदा भी साडे वल्लों असीं यतन जरूर किया कि दोषी फड़े जाण उन्हां दे खिलाफ़ कार्रवाई होवे, पर जिहड़ा है साडी पुलिस जिहड़ी है किते ना किते उह दोषियां नूं दी शनाख्त नहीं कर सकी। फिर असीं एक कमीशन भी बिठाया, CBI नूं भी दित्ती इनकुआरी तां कि निरपक्ष जांच हो के सच्चाई सामने आवे। सो साडे वल्लों कोई किसी तरीके की असी कमी नहीं छड़ी क्योंकि CBI तो प्रीमियर एजेंसी का कोई होर हिंदुस्तान च है नहीं, तो बिल्कुल निरपक्ष एजेंसी है, उन्होंने भी असी इनकुआरी दिती है। उल्टा कांग्रेस ने आके इनकुआरी उन्होंने तो वापस ले ली, जिहड़ी एक कई सवाल तो शंके खड़े करती है। अज 2 साल तो उत्ते कांग्रेस के हो गए, कांग्रेस की की कारगुजारी है? सानू एक गल दोष देंगे ने जी 2 साल के दोषी नहीं फड़ सके या दोषियों की शनाख्त, या इन्होंने 2 साल की किया हूँ 2 साल तो उत्ते समा हो गया। सो यह सिर्फ घटना बहुत माड़ी है, असी कहने भी कोई भी दोषी है उन्हें सख्त तो सख्त सज़ा मिलनी चाहिए, सख्त तो सख्त सज़ा, पर जिस तरह कांग्रेस इनू एक सियासी मुद्दा बना के वरत रही है असी उन्हें खिलाफ़ हाँ। बिल्कुल, भगवंत मान कहते हैं कि अकाली तो मदद करते ही ने परमिंदर सिंह ढींडसा की, कांग्रेस के आगू भी मदद करते हैं रजिंदर कौर पठल, उन्होंने इच्छा है कि जेकर परमिंदर सिंह ढींडसा चोन जित जाते हैं
ਤਾਂ ਮੈਨੂੰ ਐੱਮ ਐੱਲ ਏ ਦੀ ਜਿਹੜੀ ਕੁਰਸੀ ਮਿਲ ਜਾਏਗੀ ਅਤੇ ਮੰਤਰੀ ਅਹੁਦਾ ਮਿਲ ਜਾਏਗਾ। ਕਿੰਨੇ ਦੋਸ਼ਾਂ 'ਚ ਸੱਚਾਈ ਹੈ? ਇਹ ਦੋਸ਼ ਕੀ? ਦੇਖੋ, ਪਹਿਲੀ ਗੱਲ ਤਾਂ ਹੈ, ਮੇਰੀ ਤਾਂ ਬੀਬੀ ਪਾਠਕ ਜੀ ਨਾਲ ਕੋਈ ਗੱਲ ਨਹੀਂ ਹੋਈ। ਦੂਜਾ, ਕੌਣ ਕੀ ਕਰਦਾ ਹੁਣ, ਮੈਂ ਉਹਦਾ ਕੀ ਕਰ ਸਕਦਾ? ਅੱਜ ਤੱਕ ਤਾਂ ਮੇਰੇ ਧਿਆਨ 'ਚ ਨਹੀਂ ਆਇਆ ਵੀ ਉਹਨਾਂ ਨੇ ਮੇਰੀ ਮਦਦ ਕੀਤੀ ਹੈ। ਨਾਲੇ ਮੇਰਾ, ਅਸੀਂ ਤਾਂ ਉਲਟ ਚੋਣ ਲੜ ਕੇ ਮੈਂ ਉਹਨਾਂ ਨੂੰ ਹਰਾਇਆ, ਤਾਂ ਮੇਰੀ ਤਾਂ ਉਹਨਾਂ ਨਾਲ ਕੋਈ ਸਾਂਝ ਜਿਹੜੀ ਹੈ ਨਹੀਂ। ਇਸ ਲਈ ਇਹ ਭਗਵੰਤ ਮਾਨ ਜੀ ਦੀ ਘਬਰਾਹਟ ਦਾ ਨਤੀਜਾ ਹੈ। ਉਹ ਕਾਂਗਰਸ ਦੀ ਜਾਂ ਫਲਾਣੇ ਮਤ ਕਰ ਰਹੇ ਨੇ, ਅਤੇ ਇਹ ਜਿਹੜਾ ਪਿਛਲੀ ਵਾਰੀ ਸਾਰੀ ਕਾਂਗਰਸ ਦੇ ਆਗੂਆਂ ਨੇ ਭਗਵੰਤ ਮਾਨ ਦੀ ਮਦਦ ਕੀਤੀ ਹੈ, ਅੱਜ ਉਹਨਾਂ ਨੇ ਜਗ ਜਾਹਰ ਕੇ ਹੋਰ ਕੇ ਕਹਿਤਾ, ਕਈ ਲੀਡਰਾਂ ਨੇ ਕਿਹਾ ਪ੍ਰੈਸ ਵਿੱਚ ਕਿਹਾ ਵੀ ਅਸੀਂ ਜਿਹੜਾ ਹੈ ਸਿੰਗਲਾ ਜੀ ਨੂੰ ਹਰਾਇਆ ਅਤੇ ਭਗਵੰਤ ਮਾਨ ਦੀ ਮਦਦ ਕੀਤੀ ਹੈ। ਸੋ ਇਹ ਗੱਲਾਂ ਨੇ। ਬਾਕੀ ਮੈਂ ਇੱਕ ਗੱਲ ਕਹਿ ਸਕਦਾ ਵੀ ਸਾਡੇ ਕਿਸੇ ਕੋਈ ਕਾਂਗਰਸ ਲੀਡਰ ਨਾਲ ਸੰਪਰਕ 'ਚ ਨਹੀਂ ਹੈਗੇ। ਸਾਡੀ ਤਾਂ ਇੱਕੋ ਹੀ ਹੈ ਵੀ ਸਾਡੇ ਵਰਕਰ ਤਗੜਾ ਹੋ ਕੇ ਜੇ ਕੰਮ ਕਰ ਦੇਣਗੇ, ਸਾਨੂੰ ਕਿਸੇ ਵੱਲ ਝਾਕਣ ਦੀ ਲੋੜ ਹੀ ਨਹੀਂ। ਜੇ ਅਸੀਂ ਦੂਜਿਆਂ ਦੇ ਵੱਲ ਝਾਕਾਂਗੇ ਤਾਂ ਸਾਡੇ ਵਰਕਰ ਵੀ ਨਿਰਾਸ਼ ਹੋ ਜਾਣਗੇ। ਅਸੀਂ ਤਾਂ ਆਪਦੇ ਆਗੂਆਂ ਅਤੇ ਵਰਕਰਾਂ ਨੂੰ ਤਗੜਾ ਕਰਕੇ ਚੱਲ ਰਹੇ ਹਾਂ, ਜਿਨ੍ਹਾਂ ਨੇ ਉਹਨਾਂ ਨੇ ਸਾਡੀ ਜਿਹੜੀ ਜਿੱਤ ਦਾ ਜਿਹੜਾ ਰਾਹ ਪੱਧਰਾ ਕਰਨਾ ਹੈਗਾ। ਪਰਮਿੰਦਰ ਸਿੰਘ ਢੀਂਡਸਾ, ਆਪਣਾ ਮੁਕਾਬਲੇ ਦਾ ਉਮੀਦਵਾਰ ਕਿਹਨੂੰ ਮੰਨਦੇ ਨੇ, ਕਿਹਦੇ ਨਾਲ ਮੁਕਾਬਲਾ ਗਿਣਦੇ ਹੋ? ਦੇਖੋ, ਅਜੇ ਸ਼ੁਰੂਆਤ ਹੈ, ਮੈਂ ਉਹੀ ਗੱਲਾਂ ਕਰਾਂ। ਸਿਆਸੀ ਜਿਹੜੇ ਬਿਆਨ ਤਾਂ ਬਹੁਤ ਲੋਕ ਦੇ ਦਿੰਦੇ ਨੇ ਜੀ, ਮੇਰੇ ਫਲਾਣੇ ਦਾ ਮੁਕਾਬਲਾ, ਫਲਾਣੇ ਦਾ ਗੁਰਾਣਾ ਮੁਕਾਬਲੇ 'ਚ ਨਹੀਂ ਹੈ। ਹਜੇ ਸ਼ੁਰੂਆਤ ਹੈ, ਅੱਜ ਤੋਂ 10-15 ਦਿਨ ਬਾਅਦ ਤੱਕ ਕਲੀਅਰ ਹੋਏਗਾ ਵੀ ਮੁਕਾਬਲਾ ਕਿੱਥੇ ਖੜ੍ਹਾ ਹੈ, ਕੀ ਬਣ ਰਿਹਾ। ਅੱਜ ਤਾਂ ਲੋਕ ਜਿਹੜਾ ਹੈ ਵਾਢੀ 'ਚ ਰੁੱਝੇ ਹੋਏ ਨੇ, ਅੱਜ ਤਾਂ ਇਸ ਤੋਂ ਬਾਅਦ ਆਪਦਾ ਮਨ ਬਣਾਉਣਗੇ। ਸੋ ਸਮਾਂ ਦੱਸੇਗਾ। ਬਾਕੀ ਮੈਂ ਤਾਂ ਹਮੇਸ਼ਾ ਹੀ ਸਾਰੇ ਉਮੀਦਵਾਰਾਂ ਨੂੰ ਤਗੜਾ ਸਮਝ ਕੇ ਚੱਲਦਾ, ਤਾਂ ਹੀ ਤੁਸੀਂ ਲੜਾਈ ਲੜ ਸਕਦੇ ਹੋ। ਜੇ ਤੁਸੀਂ ਬਾਕੀ ਨੂੰ ਕਮਜ਼ੋਰ ਸਮਝੋਗੇ ਫਿਰ ਤਾਂ ਤੁਸੀਂ ਅੱਧੀ ਜੰਗ ਪਹਿਲਾਂ ਹੀ ਹਾਰ ਜਾਂਦੇ ਹੋ। ਪਿਛਲੀ ਵਾਰੀ EVM ਸੀ, ਲੇਕਿਨ ਇਸ ਵਾਰ VVPAT ਮਸ਼ੀਨਾਂ ਨੇ, ਔਰ ਹਾਲੇ ਵੀ ਮੀਡੀਆ ਦੇ ਕੁਛ ਹਿੱਸੇ ਵਿੱਚ ਇਹ ਰੌਲਾ ਪਾਇਆ ਜਾ ਰਿਹਾ ਕਿ ਮਸ਼ੀਨਾਂ ਹੈਕ ਹੋ ਜਾਂਦੀਆਂ ਜਾਂ ਇੱਕ ਧਿਰ ਨੂੰ ਵੋਟਾਂ ਚਲੀਆਂ ਜਾਂਦੀਆਂ। ਇਹਨਾਂ ਖਦਸ਼ਿਆਂ ਬਾਰੇ ਪਰਮਿੰਦਰ ਸਿੰਘ ਢੀਂਡਸਾ ਦਾ ਕੀ ਵਿਚਾਰ ਹੈ? ਦੇਖੋ, ਵਿਰੋਧੀ ਪਾਰਟੀਆਂ ਜਿਵੇਂ ਕਹਿੰਦੇ ਵੀ ਇਹ ਸਾਰੀਆਂ ਗੱਲਾਂ ਨੇ ਵੀ ਜਿਹੜੀਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਅੱਜ ਤੋਂ ਨਹੀਂ, ਪਿਛਲੇ 20 ਸਾਲਾਂ ਤੋਂ ਚੱਲ ਰਹੀਆਂ। ਸਰਕਾਰਾਂ ਹਿੰਦੁਸਤਾਨ ਵਿੱਚ ਬਦਲੀਆਂ, ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਬਦਲੀਆਂ ਸਮੇਂ ਸਮੇਂ 'ਤੇ। ਅਤੇ ਕਿਵੇਂ ਕਹਿ ਸਕਦੇ ਵੀ EVM 'ਚ ਨੁਕਸ ਹੈ? ਤੁਸੀਂ ਇਹ ਦੇਖੋ, ਇਹੀ EVM ਸੀ ਰਾਜਸਥਾਨ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਥੋੜ੍ਹੇ ਥੋੜ੍ਹੇ ਅੰਤਰ ਦੇ ਨਾਲ ਕਾਂਗਰਸ ਦੀ ਸਰਕਾਰ ਬਣੀ ਹੈ ਜੀ। ਮੱਧ ਪ੍ਰਦੇਸ਼ ਤਾਂ 2-3 ਸੀਟਾਂ ਦੀ ਫਰਕ ਸੀ, ਰਾਜਸਥਾਨ 'ਚ 1% ਵੋਟ ਦਾ ਫਰਕ ਸੀ। ਜੇ EVM ਹੈਕ ਹੁੰਦੀਆਂ ਹੁੰਦੀਆਂ ਕਿ BJP ਆਪਦੀ ਸਰਕਾਰ ਨਹੀਂ ਬਣਾ ਸਕਦੀ ਸੀ ਉੱਥੇ? ਨਾਲੇ ਇਹ ਚੋਣਾਂ ਦਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਚੋਣਾਂ ਦਾ ਪ੍ਰਭਾਵ ਵੀ ਜਨਰਲ ਇਲੈਕਸ਼ਨ 'ਤੇ ਜ਼ਿਆਦਾ ਪੈਣਾ ਸੀਗਾ ਕਿਉਂਕਿ ਇਹ ਨੇੜੇ ਸੀ ਸਭ ਤੋਂ। ਪਰ ਇਹ ਗੱਲਾਂ ਸਾਬਤ ਕਰਦੀਆਂ ਵੀ ਕੋਈ ਨਹੀਂ, ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ, ਕਰਨਾਟਕਾ ਦੇ ਵਿੱਚ ਕਾਂਗਰਸ ਅਤੇ ਦੂਜੀਆਂ ਸਰਕਾਰਾਂ ਬਣੀਆਂ। ਅਤੇ ਉਦੋਂ ਹੈਕ ਨਹੀਂ ਹੁੰਦੀਆਂ EVM ਮਸ਼ੀਨ, ਅਤੇ ਜਦ BJP ਜਾਂ ਅਕਾਲੀ ਦਲ ਦੀ ਕਿਤੇ ਸਰਕਾਰ ਬਣ ਜਾਵੇ ਉਦੋਂ ਕਹਿੰਦੇ ਨੇ ਜੀ ਇਹ ਹੁਣ EVM ਹੈਕ ਹੋ ਗਿਆ। ਇਹ ਸਾਰੇ ਜਿਹੜੇ ਨੇ, ਮੈਂ ਸਮਝਦਾ ਐਸੇ ਬਿਆਨ ਜਿਹੜੇ ਦੇਣੇ ਨੇ, ਇਹ ਲੋਕਾਂ ਦਾ ਜਿਹੜਾ ਫਤਵਾ ਹੈ ਉਹਦੇ ਨਾਲ ਤਰੋ ਹੈ ਜੀ। ਇਹ ਜੀ ਗੱਲਾਂ ਬੜੀਆਂ ਜਿਹੜੀਆਂ ਪਾਰਟੀਆਂ ਕਰਦੀਆਂ, ਉਹਨਾਂ ਨੂੰ ਸੋਚਣਾ ਚਾਹੀਦਾ ਵੀ ਉਹ ਲੋਕਤੰਤਰ ਵਾਸਤੇ ਕਿਹੋ ਜਿਹੇ ਮੈਸੇਜ ਛੱਡ ਰਹੇ ਨੇ। ਚੋਣਾਂ ਤੋਂ ਪਹਿਲਾਂ ਆਗੂ ਵਾਅਦੇ ਕਰਦੇ ਆ, ਤੁਸੀਂ ਵੀ ਹੁਣ ਵਾਅਦੇ ਕਰਦੇ ਹੋਵੋਗੇ ਵੀ ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਤੁਹਾਨੂੰ ਲੱਗਦਾ ਨਹੀਂ ਕਿ ਇੱਕ ਸਾਫ਼ ਸੁਥਰੀ ਸਿਆਸਤ ਕਰਨ ਦਾ ਮਕਸਦ ਦੇ ਨਾਲ ਚੋਣ ਮੈਨੀਫੈਸਟੋ ਜਿਹੜਾ ਇੱਕ ਲੀਗਲ ਡਾਕੂਮੈਂਟ ਬਣੇ, ਕਾਨੂੰਨੀ ਦਸਤਾਵੇਜ਼ ਬਣੇ? ਬਿਲਕੁਲ ਹੋਣਾ ਚਾਹੀਦਾ ਹੈਗਾ, ਪਰ ਉਹਦੇ 'ਚ ਇੱਕ ਲੂਪ ਹੋਲ ਜਿਹੜੀਆਂ ਸਿਆਸੀ ਪਾਰਟੀਆਂ ਲੈ ਲੈਂਦੀਆਂ ਨੇ ਵੀ ਜੀ ਸਾਨੂੰ ਤਾਂ ਪਤਾ ਨਹੀਂ ਸੀ ਫਾਈਨੈਂਸ਼ੀਅਲ ਹਾਲਾਤ ਹੈ, ਜਿਵੇਂ ਪਿਛਲੇ ਵਾਰੀ ਹੋਇਆ, ਜਿਵੇਂ ਕਾਂਗਰਸ ਨੇ ਕੀਤਾ। ਸੋ ਇਹ ਗਵਰਨਮੈਂਟ ਅਸਲ ਦੇ ਵਿੱਚ ਪਤਾ ਸਭ ਨੂੰ ਹੁੰਦਾ, ਜਿਹੜਾ ਬਜਟ ਡਾਕੂਮੈਂਟ ਹੈ ਉਹਦੇ ਵਿੱਚ ਸਾਰਾ ਕੁਛ ਹੁੰਦਾ, ਸਰਕਾਰ ਦੀਆਂ ਫਾਈਨੈਂਸ਼ੀਅਲ ਪੋਜੀਸ਼ਨ, ਸਰਕਾਰ ਦੇ ਰਿਸੋਰਸਿਸ, ਸਾਰਾ ਕੁਛ। ਇੱਦਾਂ ਕਹਿਣਗੀਆਂ ਨੇ ਵੀ ਸਾਨੂੰ ਪਤਾ ਨਹੀਂ ਸੀ, ਹਰ ਸਾਲ ਬਜਟ ਆਉਂਦਾ ਉਹ 'ਚ ਕਿੰਨਾ ਕਰਜ਼ਾ ਹੈ, ਕੀ ਫਾਈਨੈਂਸ਼ੀਅਲ ਹਾਲਾਤ ਨੇ, ਸਾਰਾ ਕੁਛ ਹੁੰਦਾ ਹੈਗਾ। ਸੋ ਇਹ ਕਹਿਣਾ, ਸੋ ਇਹਨੂੰ ਮੈਂ ਤਾਂ ਖੁਦ ਹੀ ਮੰਨਦਾ ਵੀ ਇਹਨੂੰ ਜਿਹੜਾ ਹੈ ਇੱਕ ਡਾਕੂਮੈਂਟ ਜਿਹੜਾ ਹੈ ਇਨਫੋਰਸੇਬਲ ਹੋਣਾ ਚਾਹੀਦਾ ਬਾਏ ਲਾਅ, ਅਤੇ ਤਾਂ ਕਿ ਘੱਟੋ ਘੱਟ ਝੂਠੇ ਵਾਅਦੇ ਜਿਹੜੇ ਨੇ ਉਹ ਲੋਕ ਨਾ ਕਰਨ। ਚੋਣਾਂ ਦੇ ਮੌਕੇ ਸਿਆਸਤ ਦੇ ਵਿੱਚ ਨਵੇਂ ਨਵੇਂ ਰੰਗ ਦਿਖਦੇ ਨੇ। ਜਗਮੀਤ ਸਿੰਘ ਬਰਾੜ ਜਿਹੜੇ ਪਿਛਲੇ 25-30 ਸਾਲਾਂ ਦੇ ਉੱਤੋਂ ਬਾਦਲ ਪਰਿਵਾਰ ਦੇ ਖਿਲਾਫ਼ ਇਲੈਕਸ਼ਨ ਲੜਦੇ ਰਹੇ ਨੇ, ਬੋਲਦੇ ਰਹੇ ਨੇ, ਅਕਾਲੀ ਦਲ 'ਚ ਆਉਂਦੇ ਨੇ, ਨਾਜਰ ਸਿੰਘ ਮਾਨਸ਼ਾਹੀਆ ਆਮ ਆਦਮੀ ਪਾਰਟੀ ਤੋਂ ਆਉਂਦੇ ਨੇ ਅਤੇ ਕਾਂਗਰਸ ਚਲੇ ਜਾਂਦੇ ਨੇ, ਸਾਥੀ ਵਿਜੇ
ਕਾਮਰੇਡ ਹੁੰਦੇ ਨੇ ਅਤੇ ਉਹ ਚਲੇ ਜਾਂਦੇ ਨੇ ਕਾਂਗਰਸ ਦੇ ਵਿੱਚ। ਇਹ ਆਇਆ ਗਿਆ ਆਇਆ ਰਾਮ ਗਿਆ ਰਾਮ ਦੀ ਸਿਆਸਤ ਹੈ ਜਿਹੜੀ, ਇਹ ਕਿੰਨੀ ਕੁ ਭਾਰੂ ਰਹਿੰਦੀ ਇਹਨਾਂ ਇਲੈਕਸ਼ਨਾਂ 'ਤੇ? ਦੇਖੋ, ਹਮੇਸ਼ਾ ਇਲੈਕਸ਼ਨ 'ਚ ਜਿਹੜੇ ਨੇ ਕੁਛ ਨਾ ਕੁਛ ਆਗੂ ਆਪਦੀਆਂ ਪਾਰਟੀਆਂ ਬਦਲਦੇ ਨੇ, ਇਹ ਅੱਜ ਦਾ ਨਹੀਂ ਪੁਰਾਣਾ ਰਿਵਾਜ਼ ਚੱਲ ਰਿਹਾ। ਪਰ ਮੇਰਾ ਇਹ ਮੰਨਣਾ ਵੀ ਬੰਦਾ ਜਿੱਥੇ ਵੀ ਸਿਧਾਂਤਕ ਤੌਰ 'ਤੇ ਖੜ੍ਹਾ ਉੱਥੇ ਖੜ੍ਹਾ ਰਹਿਣਾ ਚਾਹੀਦਾ। ਪਰ ਮੈਂ ਇਸ ਕਰਕੇ ਕੋਈ ਹਾਰਸ਼ ਕਮੈਂਟ ਇਸ ਕਰਕੇ ਵੀ ਨਹੀਂ ਕਰਦਾ ਵੀ ਮੈਂ, ਕਈ ਵਾਰ ਹਾਲਾਤ ਵੀ ਐਸੇ ਹੋ ਜਾਂਦੇ ਨੇ ਕੁਛ ਲੋਕਾਂ ਵਾਸਤੇ ਕਿ ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ। ਪਰ ਮੈਂ ਆਪਦਾ ਇੱਕ ਗੱਲ ਕਹਿੰਦਾ ਵੀ ਮੇਰੀ ਸੋਚ ਇੰਨੀ ਕੁ ਹੈ ਵੀ ਜੇ ਮੈਂ ਪਾਰਟੀ ਦੇ ਵਿੱਚ ਠੀਕ ਹੈ, ਮੈਨੂੰ ਸਨਮਾਨ ਮਿਲਦਾ ਜਾਂ ਮੈਂ ਕੰਮ ਕਰਦਾ ਠੀਕ ਹੈ, ਨਹੀਂ ਮੈਂ ਪਾਰਟੀ ਬਦਲਣ ਨਾਲੋਂ ਸਿਆਸਤ ਛੱਡਣੀ ਬਿਹਤਰ ਸਮਝਾਂਗਾ ਕਦੇ ਵੀ ਕਿਸੇ ਸਮੇਂ 'ਤੇ। ਅਤੇ ਪਾਰਟੀ ਦੇ ਵਿੱਚ ਇੰਨਾ ਚਿਰ ਤੁਸੀਂ ਕੰਮ ਕਰਦੇ ਹੋ, ਨਵੀਂ ਜਗ੍ਹਾ ਜਾ ਕੇ ਨਾ ਤਾਂ ਤੁਹਾਨੂੰ ਜਗ੍ਹਾ ਮਿਲਦੀ ਹੈ, ਨਾ ਹੀ ਤੁਹਾਡਾ ਉਹ ਸਤਿਕਾਰ ਬਣਦਾ, ਨਾ ਹੀ ਤੁਹਾਡੀ ਸੋਚ ਰਲਦੀ ਹੈ ਉੱਥੇ ਜਾ ਕੇ। ਕੋਈ ਵੀ ਤੁਸੀਂ ਦੇਖੋ ਜਿਹੜੇ ਲੀਡਰ ਛੱਡ ਕੇ ਗਏ ਨੇ, ਬਹੁਤ ਥੋੜ੍ਹੇ ਨੇ ਜਿਹੜੇ ਐਡਜਸਟ ਹੋ ਸਕੇ ਨੇ। ਤੁਹਾਡੀ ਹਰ ਪਾਰਟੀ ਦਾ ਆਪਦਾ ਵਰਕਿੰਗ ਸਟਾਈਲ ਹੁੰਦਾ, ਸਿਸਟਮ ਹੁੰਦਾ, ਅਤੇ ਤੁਸੀਂ ਉਸ ਦੇ ਸਿਸਟਮ ਦੇ ਮੁਤਾਬਕ ਅਡੈਪਟ ਕਰ ਸਕਦੇ ਹੋ। ਨਵੀਂ ਜਗ੍ਹਾ 'ਤੇ ਜਾ ਕੇ ਜਿਹੜਾ ਉਹ ਗੱਲ ਨਹੀਂ ਬਣਦੀ। ਸੋ ਬਿਹਤਰ ਇਹ ਹੋਵੇ ਵੀ ਬੰਦਾ ਸਿਆਸਤ ਛੱਡ ਕੇ ਘਰੇ ਬਹਿ ਜੇ, ਨਾ ਕਿ ਜਿਹੜਾ ਪਾਰਟੀ ਬਦਲੇ। ਤੁਹਾਡੇ ਵਿਰੋਧੀ ਨੇ ਆਮ ਆਦਮੀ ਪਾਰਟੀ ਦੇ ਮੁਖੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੋ ਫੜ ਹੋ ਚੁੱਕੀ ਹੈ, ਸੁਖਪਾਲ ਸਿੰਘ ਖਹਿਰਾ ਵੱਖਰੀ ਚੋਣ ਲੜ ਰਹੇ ਨੇ, ਨਾਜਰ ਸਿੰਘ ਮਾਨਸ਼ਾਹੀਆ ਚਲੇ ਗਏ ਨੇ, ਕਿਵੇਂ ਦਾ ਦੇਖਦੇ ਹੋ ਤੁਸੀਂ ਸੀਨ ਆਮ ਆਦਮੀ ਪਾਰਟੀ ਦਾ? ਕਿਉਂਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਰਵਾਇਤੀ ਪਾਰਟੀਆਂ ਤੋਂ ਹਟ ਕੇ ਅਸੀਂ ਰਾਜਨੀਤੀ ਕਰ ਰਹੇ ਹਾਂ, ਕੀ ਦਿਖ ਰਹੀ ਹੈ ਤੁਹਾਨੂੰ ਉਹਨਾਂ ਦੀ ਹਟ ਕੇ ਰਾਜਨੀਤੀ? ਦੇਖੋ, ਉਹ ਤਾਂ ਸਾਰਿਆਂ ਨਾਲੋਂ ਅੱਗੇ ਲੰਘੇ ਜਿਹੜੇ ਲੋਕ ਕਹਿੰਦੇ ਸੀ ਅਸੀਂ ਕ੍ਰਾਂਤੀ ਲੈ ਕੇ ਆਵਾਂਗੇ, ਅਸੀਂ ਸੋਚ ਬਦਲਾਂਗੇ, ਸਿਸਟਮ ਬਦਲਾਂਗੇ, ਉਹਨਾਂ ਦੀ ਤੁਸੀਂ ਦੇਖੋ ਸਿਰਫ ਕੁਰਸੀ ਦੀ ਲਾਲਸਾ ਵਿੱਚ ਲੜ ਲੜ ਕੇ ਬੁਰਾ ਹਾਲ ਹੋ ਗਿਆ। ਮਾਨ ਸਾਹਿਬ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪਿੱਛੇ ਉਹਨਾਂ ਨੇ ਸਾਰਾ ਕੁਛ ਕੀਤਾ, ਖਹਿਰਾ ਸਾਹਿਬ ਵਿਰੋਧੀ ਦਲ ਦੀ ਨੇਤਾ ਦੀ ਕੁਰਸੀ ਪਿੱਛੇ ਸਾਰਾ ਕੁਛ ਕੀਤਾ। ਅਤੇ ਜੇ ਮੈਂ ਸਮਝਦਾ ਆਪਾਂ ਕਿਸੇ ਤਰ੍ਹਾਂ ਦੀ ਕੋਈ ਕ੍ਰਾਂਤੀ ਲੈ ਕੇ ਆਉਣੀ ਹੈ, ਕੋਈ ਸਿਸਟਮ ਦੇ ਵਿੱਚ ਤਬਦੀਲੀ ਲੈ ਕੇ ਆਉਣੀ ਹੈ, ਉਹਦੇ ਵਾਸਤੇ ਪਹਿਲਾਂ ਬੰਦੇ ਨੂੰ ਆਪ ਨੂੰ ਤਿਆਗ ਦੀ ਭਾਵਨਾ ਬਹੁਤ ਜ਼ਰੂਰੀ ਹੈ। ਜੇ ਤੁਹਾਡੇ 'ਚ ਤਿਆਗ ਦੀ ਭਾਵਨਾ ਨਹੀਂ, ਤੁਸੀਂ ਚੇਂਜ ਨਹੀਂ ਲਿਆ ਸਕਦੇ। ਅਤੇ ਕਿੰਨੀ ਕੁ ਤਿਆਗ ਦੀ ਭਾਵਨਾ ਕਾਂਗਰਸ ਦੇ ਲੀਡਰਾਂ 'ਚ ਹੈ ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ 'ਚ ਹੈ, ਉਹ ਤੁਸੀਂ ਹਾਲਾਤਾਂ ਤੋਂ ਦੇਖ ਸਕਦੇ ਹੋ। ਸੋ ਮੈਂ ਮਹਿਸੂਸ ਕਰਦਾ ਵੀ ਲੋਕਾਂ ਦਾ ਹੁਣ ਵਿਸ਼ਵਾਸ ਕਾਫੀ ਹੱਦ ਤੱਕ ਆਮ ਆਦਮੀ ਪਾਰਟੀ ਤੋਂ ਟੁੱਟਿਆ ਹੈ। ਤੁਹਾਡੇ ਹਲਕੇ ਦੇ ਵਿੱਚ ਇੱਕ ਹੋਰ ਨਵੀਂ ਗੱਲ ਹੈ ਬਾਕੀ ਹਲਕਿਆਂ ਨਾਲੋਂ, ਇੱਕ ਖਡੂਰ ਸਾਹਿਬ ਦੇ ਵਿੱਚ ਸੀ ਜਨਰਲ ਜੇ ਜੇ ਸਿੰਘ ਟਕਸਾਲੀ ਉਮੀਦਵਾਰ, ਲੇਕਿਨ ਉਹ ਪਿੱਛੇ ਚਲੇ ਗਏ, ਲੇਕਿਨ ਤੁਹਾਡੇ ਖਿਲਾਫ਼ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਨੇ ਟਕਸਾਲੀ ਨੇ, ਟਕਸਾਲੀਆਂ ਦਾ ਕਿੰਨਾ ਕੁ ਨੁਕਸਾਨ ਅਕਾਲੀ ਦਲ ਨੂੰ ਹੋ ਸਕਦਾ? ਦੇਖੋ ਸਰ, ਮੈਨੂੰ ਤਾਂ ਲੱਗਦਾ ਨਹੀਂ ਕੋਈ ਜ਼ਿਆਦਾ ਨੁਕਸਾਨ ਹੋਏਗਾ, ਪਰ ਉਹ ਤਾਂ ਸਮਾਂ ਦੱਸੂਗਾ। ਪਰ ਦੇਖੋ, ਮੈਂ ਜਿੱਥੋਂ ਤੱਕ ਟਕਸਾਲੀਆਂ ਦੀ ਵੀ ਗੱਲ ਹੈ, ਮੈਂ ਗੱਲ ਕਹਾਂਗਾ, ਬੰਦੇ ਦੇ ਪਾਰਟੀਆਂ ਦੇ ਵਿੱਚ ਮਤਭੇਦ ਹੋ ਸਕਦੇ ਨੇ, ਵਿਚਾਰਧਾਰਾ ਵੀ ਪਰਿਵਾਰ ਵਿੱਚ ਵੀ ਹੋ ਜਾਂਦੇ ਨੇ, ਪਰ ਪਰਿਵਾਰ ਵਿੱਚ ਬੈਠ ਕੇ ਉਹਨਾਂ ਦਾ ਹੱਲ ਹੋਣਾ ਚਾਹੀਦਾ, ਨਾ ਕਿ ਨਵੀਂ ਪਾਰਟੀ ਬਣਾ ਕੇ। ਨਾ ਤਾਂ ਉਹਨਾਂ ਨੂੰ ਕੁਛ ਮਿਲਿਆ ਨਵੀਂ ਪਾਰਟੀ ਬਣਾ ਕੇ, ਨੁਕਸਾਨ ਉਹਨਾਂ ਦਾ ਹੀ ਹੋਇਆ। ਅਤੇ ਜੇ ਪਾਰਟੀ ਦੇ ਵਿੱਚ ਬਹਿ ਕੇ ਇਹ ਚੀਜ਼ਾਂ ਦਾ ਹੱਲ ਹੁੰਦਾ ਤਾਂ ਬਿਹਤਰ ਸੀ, ਪਰ ਜਿਹੜੇ ਕਾਡਰ ਹੈ ਸਾਰਾ ਪਾਰਟੀ ਦਾ, ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਖੜ੍ਹਾ, ਹਰ ਜਗ੍ਹਾ 'ਤੇ ਖੜ੍ਹਾ, ਅਤੇ ਕੋਈ ਐਸਾ ਜਿਹੜਾ ਹੈ ਉਹਨਾਂ ਦੇ ਜਾਣ ਦਾ ਕੋਈ ਪਾਰਟੀ ਨੂੰ ਨੁਕਸਾਨ ਜਿਹੜਾ ਨਹੀਂ ਦਿਖ ਰਿਹਾ ਮੈਨੂੰ। ਪਰਮਿੰਦਰ ਸਿੰਘ ਢੀਂਡਸਾ ਸਾਹਿਬ, ਅਖੀਰਲਾ ਸਵਾਲ ਹੈ, ਹਰ 2.5 ਸਾਲ ਬਾਅਦ ਚੋਣਾਂ ਆ ਜਾਂਦੀਆਂ, ਵਿਧਾਨ ਸਭਾ ਦੀਆਂ ਚੋਣਾਂ ਇਸ ਤੋਂ 2.5 ਸਾਲ ਬਾਅਦ ਆ ਜਾਣੀਆਂ, ਹੁਣ ਲੋਕ ਸਭਾ ਦੀਆਂ, ਕੀ ਤੁਸੀਂ ਇੱਕ ਪਾਰਟੀ ਨੂੰ ਜ਼ਿੰਮੇਵਾਰੀ ਨਾਲ ਚਲਾ ਰਹੇ ਹੋ, ਨੁਮਾਇੰਦਗੀ ਕਰ ਰਹੇ ਹੋ, ਇਹ ਲੱਗਦਾ ਨਹੀਂ ਕਿ ਪਾਰਟੀ ਦੀਆਂ ਜਿਹੜੀਆਂ ਚੋਣਾਂ ਵਿਧਾਨ ਸਭਾ ਦੀਆਂ ਲੋਕ ਸਭਾ ਦੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਲੋਕਾਂ ਨੂੰ ਵੀ ਇੱਕ ਇਹ ਸਾਰੇ ਸਿਸਟਮ ਤੋਂ ਔਰ ਇੰਨੇ ਪੈਸੇ ਦੀ ਜਿਹੜੇ ਅਨਰਥ ਹੈ ਜਾਂ ਵਿਅਰਥ ਹੈ ਇਹਦੇ ਤੋਂ ਛੁਟਕਾਰਾ ਮਿਲ ਸਕੇ? ਮੈਂ ਤਾਂ ਬਿਲਕੁਲ 100% ਇਸ ਚੀਜ਼ ਨਾਲ ਸਹਿਮਤ ਹਾਂ ਵੀ ਜਿਹੜੀਆਂ ਚੋਣਾਂ ਇਕੱਠੀਆਂ ਹੋਣੀਆਂ ਚਾਹੀਦੀਆਂ, ਤਾਂ ਕਿ ਇੱਕ ਤਾਂ ਕੇਂਦਰ ਸਰਕਾਰ ਅਤੇ ਪੰਜਾਬ ਦੀ ਸਰਕਾਰ ਦੀ ਜੋ ਸਮਾਂ ਹੈ ਉਹਦੇ ਵਿੱਚ ਸਿਮਿਲੈਰਿਟੀ ਹੋਵੇ, ਉਹ ਆਪਦੀ ਪਲੈਨਿੰਗ ਕਰ ਸਕੇ, ਕਿਉਂਕਿ ਕੋਈ ਵੀ ਪਲੈਨਿੰਗ ਹੈ 5 ਈਅਰ ਹੁੰਦੀ ਹੈ। ਹੁਣ ਸੂਬੇ ਦੀ ਸਰਕਾਰ ਹੈ, ਉਹਨੂੰ ਤਾਂ ਇਹੀ ਲੱਗਿਆ ਰਹਿੰਦਾ ਵੀ ਹੁਣ MP ਦੀ ਇਲੈਕਸ਼ਨ ਆ ਗਈ, ਉਹਦੀ ਤਿਆਰੀ ਰੱਖੋ, 5 ਸਾਲ ਦੀ ਤਾਂ ਤਿਆਰੀ ਨਹੀਂ ਕਰ ਸਕਦੇ ਉਹ। ਸੋ ਇਹ ਜ਼ਰੂਰੀ ਹੈ, ਅਤੇ ਇੱਥੋਂ ਤੱਕ ਲੀਡਰਾਂ ਦੀ ਵੀ ਗੱਲ ਹੈ, ਸਾਨੂੰ ਵੀ 2.5 ਸਾਲ ਬਾਅਦ ਇਲੈਕਸ਼ਨ ਆਈ ਰਹਿੰਦੀ ਹੈ, ਕਦੇ MLA ਕਦੇ MP। ਸੋ ਉਹਦੇ 'ਚ ਜਿਹੜੀ ਹੈ ਅਸੀਂ ਪ੍ਰੋਪਰਲੀ ਜਿੰਨਾ ਅਸੀਂ ਸਾਨੂੰ ਕਰਨਾ ਚਾਹੀਦਾ ਉਹ ਨਹੀਂ ਕਰ ਸਕਦੇ ਕਈ ਵਾਰੀ। ਸੋ ਇਹਦੇ ਨਾਲ
इफेक्ट जरूर होंदा है। हुण जिहड़ा है कई बारी दो सालां च रिजल्ट नहीं आउंदे ते लोकां दा फैसला उहदे च नाराजगी च तब्दील होंदा है, फिर सरकार जिहड़ा है आपदी प्लैन अनुसार चलण दी बजाय नी जरक रिएक्शन करदी है, उहदा भी कोई बड़ा लंबा फायदा नहीं होंदा सूबे नूं। सो मैं इस गल लई पूरा सहमत हाँ सारियां पार्टियां नूं इकट्ठे हो के घट्टो घट पंजाब विच इह सहमती बनाउणी चाहीदी है कि जिहड़ी है इह चोण है दोनों साइमल्टेनियसली होनी चाहीदी है। प्राइम एशिया दे दर्शकां नूं और ਸਾਡੇ ਜਿਹੜੇ ਤੁਹਾਨੂੰ ਦੇਖਣ ਵਾਲੇ ਸਾਨੂੰ ਪਿਆਰ ਕਰਨ ਵਾਲੇ ਉਹਨਾਂ ਲਈ ਕੋਈ ਸੁਨੇਹਾ? ਦੇਖੋ ਮੈਂ ਤਾਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ ਅਤੇ ਮੈਂ ਮਹਿਸੂਸ ਕਰਦਾ ਵੀ ਅੱਜ ਇੱਕ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਆਪਾਂ ਪਾਰਟੀਆਂ ਨੂੰ ਜਿਹੜਾ ਹੈ ਚੰਗਾ ਮਾੜਾ ਗਰਦਾਣਨ ਲੱਗ ਪਏ। ਹਰ ਪਾਰਟੀ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਹੈ ਅਤੇ ਹਰ ਪਾਰਟੀ ਦੇ ਵਿੱਚ ਕੁਛ ਨਾ ਕੁਛ ਲੋਕ ਐਸੇ ਵੀ ਹੁੰਦੇ ਜਿਹੜੇ ਮਤਲਬ ਉਹ ਨਹੀਂ ਹੁੰਦੇ। ਸੋ ਇਹ ਜਿਹੜੇ ਇੱਕ ਤਰ੍ਹਾਂ ਆਪਾਂ ਹੁਣ ਕਰਨ ਲੱਗ ਪਏ ਅਟੈਕ ਕਰਨ ਲੱਗ ਪਏ ਵੀ ਫਲਾਣੀ ਪਾਰਟੀ ਜੀ ਉਹ ਹੈ ਮਾੜੀ ਹੈ ਜਾਂ ਹੋਰ ਹੈ, ਕੋਈ ਐਸੀ ਗੱਲ ਨਹੀਂ ਹੈ। ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਅਕਾਲੀ ਦਲ ਦਾ ਪੰਜਾਬ ਵਾਸਤੇ ਬਹੁਤ ਵੱਡਾ ਯੋਗਦਾਨ ਹੈ, ਹੋਰ ਕਿਸੇ ਪਾਰਟੀ ਦਾ ਨੇੜੇ ਤੇੜੇ ਵੀ ਨਹੀਂ। ਪੰਜਾਬ ਲਈ ਸ਼੍ਰੋਮਣੀ ਅਕਾਲੀ ਦਲ ਨੇ ਕੁਰਬਾਨੀਆਂ ਕੀਤੀਆਂ, ਪੰਜਾਬ ਲਈ ਸ਼੍ਰੋਮਣੀ ਅਕਾਲੀ ਦਲ ਲੜਾਈ ਲੜੀ ਹੈ, ਪੰਜਾਬ ਦੇ ਹਿੱਤਾਂ ਦੀ ਗੱਲ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ, ਬਾਕੀ ਸਾਰੇ ਲਿਪ ਸਰਵਿਸ ਕਰਦੇ ਰਹੇ ਹੁਣ ਤੱਕ ਅਤੇ ਭਵਿੱਖ 'ਚ ਵੀ, ਕਿਉਂਕਿ ਇਕੱਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹਨਾਂ ਸਿਰਫ ਪੰਜਾਬ ਨਾਲ ਸਰੋਕਾਰ ਹੈ, ਬਾਕੀ ਸਾਰੀਆਂ ਪਾਰਟੀਆਂ ਚਾਹੇ ਕਾਂਗਰਸ ਹੈ, BJP ਹੈ, ਆਮ ਆਦਮੀ ਹੈ, ਉਹ ਨੈਸ਼ਨਲ ਪਾਰਟੀਆਂ, ਉਹਨਾਂ ਦਾ ਜੋ ਪਰਸਪੈਕਟਿਵ ਹੈ ਉਹ ਹਮੇਸ਼ਾ ਨੈਸ਼ਨਲ ਹੁੰਦਾ ਹੈ, ਉਸ ਪੱਖ ਤੋਂ ਉਹ ਆਪਣੇ ਪੋਲਿਸੀਜ਼ ਬਣਾਉਂਦੀਆਂ। ਸਾਡੀ ਜੋ ਪਰਸਪੈਕਟਿਵ ਹੈ ਪੰਜਾਬ ਹੈ, ਸਾਡੀਆਂ ਜੋ ਪੋਲਿਸੀਜ਼ ਨੇ ਪੰਜਾਬ ਕੇਂਦਰਿਤ ਨੇ, ਅਤੇ ਅਕਾਲੀ ਦਲ ਇੱਕ ਪਾਰਟੀ ਹੈ ਜਿਹੜੀ ਪੰਜਾਬ ਦਾ ਕਦੇ ਮਾੜਾ ਨਹੀਂ ਸੋਚ ਸਕਦੀ, ਮਾੜਾ ਨਹੀਂ ਤੱਕ ਸਕਦੀ। ਸੋ ਹੁਣ ਅਸੀਂ ਇਹ ਮੈਂ ਅਪੀਲ ਕਰਦਾ ਸ਼੍ਰੋਮਣੀ ਅਕਾਲੀ ਦਲ ਨੂੰ, ਇਹਨਾਂ ਚੋਣਾਂ ਦੇ ਵਿੱਚ ਲੋਕ ਭਰਪੂਰ ਸਮਰਥਨ ਦੇਣਗੇ ਅਤੇ ਦੁਬਾਰੇ ਜਿਹੜਾ ਹੈ ਸਾਨੂੰ ਮੌਕਾ ਦੇਣਗੇ। ਕੰਮ ਕਰਦੇ ਹੋਏ ਹਰ ਵਿਅਕਤੀ ਤੋਂ ਕਮੀਆਂ ਰਹਿ ਜਾਂਦੀਆਂ, ਮੈਂ ਨਹੀਂ ਕਹਿੰਦਾ ਵੀ ਕੋਈ ਵੀ ਬੰਦਾ ਕੰਪਲੀਟ ਹੁੰਦਾ, ਹਰ ਬੰਦੇ ਤੋਂ ਕਮੀਆਂ ਰਹਿ ਜਾਂਦੀਆਂ, ਪਰ ਫਿਰ ਵੀ ਜੇ ਆਪਾਂ ਵਿਚਾਰਧਾਰਾ ਸੋਚ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਦਾ ਪੰਜਾਬ 'ਚ ਕੋਈ ਹੋਰ ਨਹੀਂ ਹੈ। ਢੀਂਡਸਾ ਸਾਹਿਬ ਸਮਾਂ ਦੇਣ ਲਈ ਧੰਨਵਾਦ। ਧੰਨਵਾਦ ਜੀ ਬੱਟਲ। ਸੋ ਇਹ ਸਨ ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ। ਇੱਕ ਵੱਖਰੀ ਤਰ੍ਹਾਂ ਦੀ ਸਿਆਸਤ ਕਰਦੇ ਨੇ, ਵਿਰੋਧੀਆਂ 'ਤੇ ਦੂਸ਼ਣਬਾਜ਼ੀ ਨਹੀਂ ਕਰਦੇ, ਆਪਣੀ ਗੱਲ ਤਰਕ ਨਾਲ ਕਹਿੰਦੇ ਨੇ ਔਰ ਨਾਲ ਦੀ ਨਾਲ ਇਹ ਕਹਿੰਦੇ ਨੇ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਇੱਕ ਵੱਖਰੇ ਰੰਗ ਦੇ ਵਿੱਚ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਸਾਹਮਣੇ ਆਏਗੀ। ਸੋ ਮੈਨੂੰ ਇਸੇ ਆਸ਼ੇ ਦੇ ਨਾਲ ਦਿਓ ਇਜਾਜ਼ਤ, ਦੇਖਦੇ ਰਹੋ ਤੁਹਾਡਾ ਆਪਣਾ ਤੁਹਾਡੇ ਲਈ ਪ੍ਰਾਈਮ ਏਸ਼ੀਆ TV। ਚੋਰ ਚਾਹੇ ਦੇਸ਼ ਮੈਂ ਹੋ ਜਾਂ ਫਿਰ ਵਿਦੇਸ਼ ਮੈਂ, ਇਹ ਚੌਕੀਦਾਰ ਇੱਕ ਕੋ ਵੀ ਛੋੜਨੇ ਵਾਲਾ ਨਹੀਂ। ਚੌਕੀਦਾਰ ਚੌਕੀਦਾਰ ਜੈਸੇ ਵੀ ਕਹਿਣਾ ਹੈ ਆਪ ਚੌਕੀਦਾਰ ਬੋਲੋ, ਦੂਸਰੇ ਸਾਈਡ ਤੇ ਪਤਾ ਲੱਗਿਆ ਚੋਰ। ਪਾਕਿਸਤਾਨ ਕਾ ਸਪਨਾ ਥਾ ਕਿ ਕਿਸੀ ਵੀ ਤਰ੍ਹਾਂ ਇਸ ਦੇਸ਼ ਕੇ ਟੁਕੜੇ ਕਰੋ। 70 ਸਾਲ ਮੇ ਜੋ ਪਾਕਿਸਤਾਨ ਨਹੀਂ ਕਰ ਪਾਇਆ, 5 ਸਾਲ ਕੇ ਅੰਦਰ ਮੋਦੀ ਔਰ ਅਮਿਤ ਸ਼ਾਹ ਨੇ ਕਰਕੇ ਦਿਖਾ ਦਿਆ। ਜਦੋਂ ਇਹਨਾਂ ਦਾ DGP ਰਿਟਾਇਰ ਹੋਇਆ, ਜਾਂਦਾ ਜਾਂਦਾ ਲਿਖ ਕੇ ਉਹ ਦੇ ਗਿਆ, 2 ਵਜੇ ਸਵੇਰੇ ਬਾਦਲ ਨੇ ਮੇਰੇ ਨਾਲ ਗੱਲ ਕੀਤੀ ਔਰ 2 ਵਜੇ ਔਰ 4 ਵਜੇ ਦੇ ਦਰਮਿਆਨ 22 ਵਾਰ ਗੱਲਾਂ ਹੋਈਆਂ। ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ ਉੱਥੇ ਕੀ ਗੱਲ ਹੋਈ ਹੈ। ਸ਼ਰਾਬੀ ਕੁਆਬੀ ਰਾਜਾ ਜਿਹਦੇ ਕਰੈਕਟਰ ਬਾਰੇ ਪੰਜਾਬ ਦਾ ਸਾਰਾ ਬੱਚਾ ਜਾਣਦਾ ਹੈ, ਉਹ ਦੂਜਿਆਂ ਦੇ ਚਿੱਕੜ ਸੁੱਟਣਾ ਫਿਰਦਾ ਹੈ। ਜਿੰਨੇ ਸਾਲ ਸਤਾ ਪ੍ਰਕਾਸ਼ ਸਿੰਘ ਬਾਦਲ ਨੇ ਜੇਲ੍ਹ ਕੱਟੀ ਆ, ਉਨੀ ਤੋਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਨਹੀਂ ਹੋਣੀ। ਆਪ ਜਾਣੇ ਵਾਲੇ ਹੈ, ਕਿਰਪਾ ਜਾਤੇ ਜਾਤੇ ਹੀ ਬਤਾ ਦੀਜੀਏ, ਅੱਛੇ ਦਿਨ ਕਬ ਆਨੇ ਵਾਲੇ ਹੈ। ਪ੍ਰਾਈਮ ਇਲੈਕਸ਼ਨ ਇੰਡੀਆ 2019 ਓਨਲੀ ਔਨ ਪ੍ਰਾਈਮ ਏਸ਼ੀਆ TV।